ਐਮਐਲਏ ਬੋਲ ਰਿਹਾ ਜੀ, ਸੇਵਾਦਾਰ ਆਤਮ ਨਗਰ। ਹਾਂਜੀ ਸਰ, ਸਾਡੇ ਨੇ ਕੀ ਠੱਗੀ ਹੋਈ ਹੈ ਜੀ? ਮੈਂ ਲਾਈਵ ਹਾਂ ਪੇਜ ਦੇ ਉੱਪਰ, ਮੀਡੀਆ ਵਾਲੇ ਵੀ ਖੜੇ ਨੇ, ਦੱਸੋ ਜੀ ਤੁਹਾਡੇ ਨਾਲ ਕੀ ਠੱਗੀ ਹੋਈ ਹੈ? ਤੁਸੀਂ ਮਹਿੰਦਰਾ ਦੀ ਗੱਡੀ ਲਈ ਸੀ, ਅਲਫਾ ਕਾਰਗੋ? ਅੱਧਾ ਕਿਲੋਮੀਟਰ ਗੱਡੀ ਚਲਾਈ ਹੈ। ਕੋਈ ਕਾਰ ਆ ਜਾਂ ਕੋਈ ਇਹ ਕਮਰਸ਼ਲ ਵਹੀਕਲ ਹੈ ਜੀ? ਤਿੰਨ ਪਹੀਆ ਟੈਂਪੂ ਜਿਹਨੂੰ ਕਹਿੰਦੇ ਨੇ, ਆਟੋ ਰਿਕਸ਼ਾ, ਲੋਡਿੰਗ ਵਾਲਾ। ਫਿਰ ਉਹਦੇ ਵਿੱਚ ਉਹਨਾਂ ਨੇ ਏਜੰਸੀ ਵਾਲਿਆਂ ਨੇ ਕੀ ਕਿਹਾ ਜੀ? ਏਜੰਸੀ ਵਾਲੇ ਇਹ ਕਹਿ ਰਹੇ ਸੀਗੇ ਜੀ, ਆਪਾਂ ਦੂਸਰਾ ਪੀਜ਼ਾ ਮੰਗਾ ਦਿੰਦੇ ਹਾਂ। ਉਹਨਾਂ ਨੇ ਦੂਸਰਾ ਪੀਜ਼ਾ ਮੰਗਾਇਆ ਜੀ, ਉਹ 'ਚ ਵੀ ਪ੍ਰੋਬਲਮ ਆ ਗਈ। ਇਹਦਾ ਮਤਲਬ ਫਿਰ ਅਲੋਟ ਦੇ ਵਿੱਚ ਕੋਈ ਖਰਾਬੀ ਹੈ? ਹਾਂਜੀ, ਲੋਟ ਦੇ ਵਿੱਚ ਹੀ ਇਹਨਾਂ ਦੀ ਖਰਾਬੀ ਸੀਗੀ ਅਤੇ ਇਹਨਾਂ ਨੇ ਇੱਕ ਮਹੀਨਾ ਹੋ ਗਿਆ ਜੀ, ਬਹੁਤ ਪਰੇਸ਼ਾਨ ਕੀਤਾ ਸੀ। ਚਲੋ, ਅੱਜ ਤਾਂ ਤੁਹਾਨੂੰ ਮੈਂ ਜਨਮ ਅਸ਼ਟਮੀ ਦੀ ਵਧਾਈ ਦਿੰਦਾ। ਅੱਜ ਤੁਸੀਂ ਨਾ ਜਾਇਓ ਕਿਉਂਕਿ ਖੁਸ਼ੀ ਦਾ ਤਿਉਹਾਰਾਂ ਦਾ ਦਿਨ ਹੈ। ਕੱਲ੍ਹ ਨੂੰ ਤੁਸੀਂ ਜਾਇਓ, ਮੇਰਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ, ਉਹਦੇ 'ਤੇ ਜਾ ਕੇ ਕਾਲ ਕਰਾਇਓ। ਅਗਰ ਜੇ ਤਾਂ ਤੁਹਾਨੂੰ ਨਵੀਂ ਗੱਡੀ ਦੇਣਗੇ ਤਾਂ ਠੀਕ ਹੈ, ਨਹੀਂ ਉਹਨਾਂ ਦੇ ਖਿਲਾਫ਼ ਕਾਨੂੰਨੀ ਜਿਹੜੀ ਕਾਰਵਾਈ ਕਰਾਵਾਂਗੇ। ਤਾਲਾ ਖੁੱਲ੍ਹ ਚੁੱਕਾ ਹੈ ਅਤੇ ਕਿੰਨੀਆਂ ਕੁ ਇਹਦੇ 'ਚ ਸ਼ਿਕਾਇਤਾਂ ਜਿਹੜੀਆਂ ਅੱਜ ਆਈਆਂ ਨੇ? ਕਿਉਂਕਿ 6 ਦਿਨ ਇਹ ਘੁੰਮਦਾ ਵਾ, 6 ਦਿਨ ਦੇ ਵਿੱਚ ਇਹਦੇ 'ਚ ਜਿੰਨੀਆਂ ਸ਼ਿਕਾਇਤਾਂ ਹੁੰਦੀਆਂ ਉਹਨਾਂ ਨੂੰ ਮੌਕੇ 'ਤੇ ਫੋਨ ਕੀਤਾ ਜਾਂਦਾ ਵਾ ਅਤੇ ਉਸ ਤੋਂ ਬਾਅਦ ਗੱਲਬਾਤ ਕੀਤੀ ਜਾਂਦੀ ਅਤੇ ਗੱਲ ਦੇ ਬਾਅਦ ਤੋਂ ਬਾਅਦ ਨਿਪਟਾਰਾ ਕੀਤਾ ਜਾਂਦਾ। ਲੇਕਿਨ ਐਮ ਐਲ ਏ ਸਾਹਿਬ ਦੇ ਹੱਥਾਂ ਦੇ ਵਿੱਚ ਉਹ ਲੈਟਰਾਂ ਜਿਹੜੀਆਂ ਪਹੁੰਚ ਚੁੱਕੀਆਂ, ਜਿਹੜੇ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਜੋ ਉੱਥੇ ਨਹੀਂ ਆ ਸਕਦੇ ਨੇ, ਲੇਕਿਨ ਉਹ ਤਸਵੀਰ ਦਿਖਾਈ ਜਾ ਰਹੀ ਹੈ। ਸੇਵਾ ਵਿਖੇ ਸ਼੍ਰੀਮਾਨ ਐਮ ਐਲ ਏ ਸਾਹਿਬਾਂ, ਮਹਿੰਦਰਾ ਪਲੈਟੀਨਮ ਵਹੀਕਲ ਮੇਰੇ ਕਾਲ ਫਰੋਡ ਕੀਤਾ ਗਿਆ ਹੈ। ਮਹਿੰਦਰਾ ਪਲੈਟੀਨਮ ਵਹੀਕਲ ਨੇ ਮੇਰੇ ਨਾਲ ਫਰੋਡ ਕੀਤਾ ਗਿਆ। ਬੇਨਤੀ ਹੈ ਕਿ ਮੈਂ ਰਵਿੰਦਰ ਸਿੰਘ ਮੇਰੇ ਨਾਲ ਕੀਤੇ ਗਏ ਫਰੋਡ ਨੂੰ ਜਿਹੜੀ ਹੈ ਉਹਨਾਂ ਨੇ ਹੱਲ ਕਰਨ ਦੀ ਬੇਨਤੀ ਕਰੀ ਹੈ। ਅਤੇ ਕੋਈ ਨਹੀਂ ਜੀ, ਰਵਿੰਦਰ ਜੀ ਤੁਸੀਂ ਮੈਨੂੰ ਆ ਕੇ ਮਿਲੋ। ਬਿਲਕੁਲ, ਜਿਹੜਾ ਮੈਂ ਸ਼ਿਕਾਇਤ ਪੇਟੀ ਜਿਹੜੀ ਲਾਈ ਹੋਈ ਹੈ ਗਲੀਆਂ ਮਹੱਲਿਆਂ ਜਾਂਦਾ, ਅੱਜ ਤੁਹਾਡੀ ਹਾਜ਼ਰੀ ਵਿੱਚ ਉਹਨਾਂ ਨੂੰ ਖੋਲ੍ਹਾਂਗੇ, ਔਨਲਾਈਨ ਹੋ ਕੇ ਉਹਨੂੰ ਪੜ੍ਹਾਂਗੇ ਵੀ ਜਿਹਦੇ ਵਿੱਚ ਕੋਈ ਵੀ ਸਮੱਸਿਆ ਹੋਊਗੀ ਆਪਾਂ ਉਹਦੀ ਡੂੰਘਾਈ ਨਾਲ ਜਾਂਚ ਕਰਕੇ ਜਿਹੜਾ ਕੰਮ ਮੌਕੇ 'ਤੇ ਹੋਣਾ ਹੋਊ ਉਹਦਾ ਹੱਲ ਕਰ ਦਿਆਂਗੇ। ਅਗਰ ਕੋਈ ਡਿਵੈਲਪਮੈਂਟ ਦਾ ਜ਼ਿਆਦਾ ਵੱਡਾ ਕੰਮ ਹੈ ਤਾਂ ਉਹਨੂੰ ਸਮੇਂ ਪਾ ਕੇ ਜਿਹੜਾ ਉਹਦਾ ਹੱਲ ਕਰਨ ਦਾ ਯਤਨ ਕਰਾਂਗੇ। ਆਤਮ ਨਗਰ ਦੇ ਵਿੱਚ ਕਿਸੇ ਨੂੰ ਵੀ ਰਹਿਣ ਸਹਿਣ ਦੇ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ, ਉਸ ਲਈ ਕੁਲਵੰਤ ਸਿੰਘ ਸਿੱਧੂ ਵਚਨਬੱਧ ਆ। ਸਰ, ਕਿੰਨੇ ਕੁ ਏਰੀਆ ਦੇ ਵਿੱਚ ਜਿਹੜਾ ਇਹ ਈ ਰਿਕਸ਼ਾ ਗਿਆ ਸੀ, ਕਿੰਨੇ ਕੁ ਲੋਕਾਂ ਤੱਕ ਜਿਹੜੀ ਇਹ ਕੋਸ਼ਿਸ਼ ਹੈ ਵੀ ਹਰੇਕ ਮਤਲਬ ਜਦੋਂ ਇਹਨੂੰ ਅਸੀਂ ਭੇਜਣਾ, ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ ਇਹਨੂੰ 6 ਦਿਨ ਭੇਜਦੇ ਹਾਂ, ਵੱਖ ਵੱਖ ਏਰੀਆ ਵਿੱਚ ਜਾਂਦਾ ਅਤੇ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਵੀ ਜਾਵੇ ਉਹਨਾਂ ਦੀ ਸ਼ਿਕਾਇਤ ਪਹਿਲਾਂ ਹੱਲ ਕਰ ਦੇ। ਸਰ, ਕੋਈ ਇਸ ਦੇ ਬਾਰੇ ਕੋਈ ਫੋਨ ਵੀ ਆਏ ਨੇ ਜਾਂ ਸਿਰਫ ਤੇ ਸਿਰਫ ਜਿਹੜੀਆਂ ਲੈਟਰ ਦੇ ਰਾਹੀਂ ਜਿਹੜੀਆਂ ਚਿੱਠੀਆਂ ਦੇ? ਇਹਦਾ ਮੇਰਾ ਇੱਕ ਗਰੁੱਪ ਬਣਾਏ ਹੋਏ ਨੇ ਸਾਰੇ ਵਾਰਡਾਂ ਦੇ ਵਿੱਚ, ਸਾਡੇ 12 ਵਾਰਡ ਨੇ, ਉੱਥੇ ਜਿੰਨੇ ਸਾਡੇ ਵਾਰਡ ਪ੍ਰਧਾਨ ਆ, ਬਲੋਕ ਇੰਚਾਰਜ ਸਾਹਿਬਾਨ, ਤਾਂ ਜਿਹੜੇ ਕੌਂਸਲ ਲੜਨ ਦੇ 3-3, 4-4 ਉਮੀਦਵਾਰ ਚਾਹਵਾਨ ਨੇ, ਉਹ ਆਪਣੇ ਤੌਰ 'ਤੇ ਸਾਰੇ ਲੱਗੇ ਹੁੰਦੇ ਨੇ। ਫਿਰ ਵੀ ਕੋਈ ਸ਼ਿਕਾਇਤਾਂ ਅਜਿਹੀਆਂ ਹੁੰਦੀਆਂ ਵੀ ਜਿਹੜੀਆਂ ਉਹਨਾਂ ਤੱਕ ਵੀ ਨਹੀਂ ਪਹੁੰਚ ਸਕਦੀਆਂ, ਮੇਰੇ ਤੱਕ ਨਹੀਂ ਪਹੁੰਚ ਸਕਦੀਆਂ, ਉਹਨਾਂ ਦੀ ਸਹੂਲਤ ਵਾਸਤੇ ਜਿਹੜੀ ਹੈ ਇਹ ਰਿਕਸ਼ਾ ਭੇਜੀ ਜਾਂਦੀ ਹੈ। ਉਹਦੇ ਵਿੱਚ ਜੋ ਵੀ ਸ਼ਿਕਾਇਤ ਹੁੰਦੀ ਹੈ ਕੋਸ਼ਿਸ਼ ਕਰੀਦੀ ਹੈ ਉਹਦਾ ਸੇਮ ਡੇ ਦੇ ਵਿੱਚ ਹੱਲ ਹੋ ਜਾਵੇ।